ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਸੁਨੰਦਾ ਸ਼ਰਮਾ ਜੀ ਦੀ ਬਾਇਓਲੋਜੀ ਸ਼ੇਅਰ ਕਰਾਂਗੇ। ਦੋਸਤੋ, ਸੁਨੰਦਾ ਸ਼ਰਮਾ ਜੀ ਦਾ ਜਨਮ 30 ਜਨਵਰੀ 1992 ਨੂੰ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਦੋਸਤੋ, ਸੁਨੰਦਾ ਸ਼ਰਮਾ ਜੀ ਨੇ ਆਪਣੀ ਸਕੂਲਿੰਗ ਫਤਿਹਗੜ੍ਹ ਚੂੜੀਆਂ ਵਿੱਚ ਹੀ ਪੂਰੀ ਕੀਤੀ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿੱਚੋਂ ਗ੍ਰੈਜੂਏਸ਼ਨ ਕੀਤੀ। ਦੋਸਤੋ, ਸੁਨੰਦਾ ਸ਼ਰਮਾ ਜੀ ਦੀ ਜੇਕਰ ਫੈਮਿਲੀ ਦੀ ਗੱਲ ਕੀਤੀ ਜਾਵੇ ਤਾਂ ਮਦਰ ਫਾਦਰ ਵਿਨੋਦ ਸ਼ਰਮਾ ਜੀ ਤੋਂ ਬਿਨਾਂ ਉਹਨਾਂ ਦੇ ਇੱਕ ਵੱਡੇ ਬ੍ਰਦਰ ਅਤੇ ਇੱਕ ਵੱਡੀ ਸਿਸਟਰ, ਜਿਹਨਾਂ ਕਿ ਦੋਨਾਂ ਦੀ ਮੈਰਿਜ ਹੋ ਚੁੱਕੀ ਹੈ। ਦੋਸਤੋ, ਸੁਨੰਦਾ ਸ਼ਰਮਾ ਜੀ ਨੂੰ ਹੋਬੀਜ਼ ਦੇ ਵਿੱਚ ਦੋਸਤਾਂ ਨਾਲ ਟਾਈਮ ਸਪੈਂਡ ਕਰਨਾ, ਘੁੰਮਣਾ ਫਿਰਨਾ ਅਤੇ ਡਾਂਸ ਕਰਨਾ ਬਹੁਤ ਜ਼ਿਆਦਾ ਪਸੰਦ ਹੈ। ਦੋਸਤੋ, ਸੁਨੰਦਾ ਸ਼ਰਮਾ ਜੀ ਦੇ ਜੇਕਰ ਫੇਵਰੇਟ ਸਿੰਗਰਾਂ ਦੀ ਗੱਲ ਕੀਤੀ ਜਾਵੇ ਤਾਂ ਮਨਮੋਹਨ ਵਾਰਸ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ। ਇਸ ਤੋਂ ਇਲਾਵਾ ਗੁਰਦਾਸ ਮਾਨ, ਸੁਰਿੰਦਰ ਕੌਰ, ਨੁਸਰਤ ਫਤਿਹ ਅਲੀ ਖਾਨ ਅਤੇ ਨੂਰ ਜਹਾਂ ਨੂੰ ਉਹ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਦੋਸਤੋ, ਸੁਨੰਦਾ ਸ਼ਰਮਾ ਜੀ ਦਾ ਫੇਵਰੇਟ ਕਲਰ ਪਿੰਕ। ਜੇਕਰ ਉਹਨਾਂ ਦੇ ਮੈਰਿਜ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ, ਸੁਨੰਦਾ ਸ਼ਰਮਾ ਜੀ ਹਜੇ ਤੱਕ ਅਨਮੈਰਿਡ ਹਨ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਸੁਨੰਦਾ ਸ਼ਰਮਾ ਜੀ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ। ਕੁਲਵਿੰਦਰ ਬਿੱਲਾ ਜੀ ਦਾ ਇੱਕ ਗਾਣਾ ਆਇਆ ਸੀ, ਸੁੱਚਾ ਸੂਰਮਾ, ਜਿਸ ਨੂੰ ਦੇਖ ਕੇ ਕਿ ਸੁਨੰਦਾ ਸ਼ਰਮਾ ਜੀ ਨੇ ਮੋਬਾਈਲ 'ਤੇ ਹੀ ਇਹ ਗਾਣਾ ਰਿਕਾਰਡ ਕੀਤਾ ਅਤੇ ਕੁਲਵਿੰਦਰ ਬਿੱਲਾ ਜੀ ਨੂੰ ਪੋਸਟ ਕਰ ਦਿੱਤਾ। ਦੋਸਤੋ, ਕੁਲਵਿੰਦਰ ਬਿੱਲਾ ਜੀ ਨੂੰ ਸੁਨੰਦਾ ਸ਼ਰਮਾ ਦਾ ਗਾਇਆ ਇਹ ਸੁੱਚਾ ਸੂਰਮਾ ਗਾਣਾ ਇੰਨਾ ਜ਼ਿਆਦਾ ਪਸੰਦ ਆਇਆ ਕਿ ਉਹਨਾਂ ਨੇ ਆਪਣੇ ਓਫੀਸ਼ੀਅਲ ਪੇਜ ਤੋਂ ਇਸ ਨੂੰ ਸ਼ੇਅਰ ਕੀਤਾ। ਦੋਸਤੋ, ਉਦੋਂ ਇਸ ਗਾਣੇ ਨੂੰ 21 ਲੱਖ ਵਿਊਜ਼ ਮਿਲੇ ਸੀ। ਦੋਸਤੋ, ਜੇਕਰ ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਮਿਊਜ਼ਿਕ ਕਰੀਅਰ ਦੇ ਵਿੱਚ ਉਹ ਪਿੰਕੀ ਧਾਲੀਵਾਲ, ਜੋ ਕਿ ਅਮਰ ਆਡੀਓ ਦੇ ਓਨਰ ਹਨ, ਉਹਨਾਂ ਨੂੰ ਸੁਨੰਦਾ ਸ਼ਰਮਾ ਜੀ ਆਪਣਾ ਗੋਡਫਾਦਰ ਮੰਨਦੇ ਹਨ, ਜਿਨ੍ਹਾਂ ਨੇ ਸੁਨੰਦਾ ਸ਼ਰਮਾ ਜੀ ਨੂੰ ਚਾਂਸ ਦਿੱਤਾ ਅਤੇ ਉਹਨਾਂ ਦਾ ਪਹਿਲਾ ਗਾਣਾ ਬਿੱਲੀ ਅੱਖ ਰਿਕਾਰਡ ਕਰਾਇਆ। ਦੋਸਤੋ, ਬਿੱਲੀ ਅੱਖ ਗਾਣਾ ਇੰਨਾ ਜ਼ਿਆਦਾ ਹਿੱਟ ਹੋਇਆ ਕਿ ਥੋੜ੍ਹੇ ਟਾਈਮ ਵਿੱਚ ਹੀ ਇਸ ਨੂੰ 1.5 ਮਿਲੀਅਨ ਯੂਟਿਊਬ ਵਿਊਜ਼ ਮਿਲੇ ਸੀ। ਦੋਸਤੋ, ਇਸ ਤੋਂ ਬਾਅਦ ਸੁਨੰਦਾ ਸ਼ਰਮਾ ਜੀ ਦਾ ਗਾਣਾ ਆਇਆ ਸੀ ਪਟਾਕੇ, ਜੋ ਕਿ ਬਹੁਤ ਹੀ ਜ਼ਿਆਦਾ ਸੁਪਰ ਡੁਪਰ ਹਿੱਟ ਹੋਇਆ। ਅੱਜ ਕੱਲ੍ਹ ਉਹਨਾਂ ਦਾ ਗਾਣਾ ਜੱਟ ਯਮਲਾ ਚੱਲ ਰਿਹਾ ਹੈ। ਜੇਕਰ ਮਿਊਜ਼ਿਕ ਤੋਂ ਬਿਨਾਂ ਗੱਲ ਕੀਤੀ ਜਾਵੇ ਤਾਂ ਸੁਨੰਦਾ ਸ਼ਰਮਾ ਜੀ ਹੁਣ ਫਿਲਮਾਂ ਵਿੱਚ ਆ ਰਹੇ ਹਨ, ਕਿਸਮਤ ਅਤੇ ਉਹਨਾਂ ਦੀ ਸਿੱਪੀ ਗਿੱਲ ਦੇ ਨਾਲ ਫਿਲਮ ਗਦਰੀ ਯੋਧੇ ਤਕਰੀਬਨ ਪੂਰੀ ਹੋ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਦਲਜੀਤ ਦੁਸਾਂਝ ਨਾਲ ਵੀ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਦੋਸਤੋ, ਜੇਕਰ ਉਹਨਾਂ ਦੇ ਅਵਾਰਡ ਦੀ ਗੱਲ ਕੀਤੀ ਜਾਵੇ ਤਾਂ 2013 ਦੇ ਵਿੱਚ ਸੁਨੰਦਾ ਸ਼ਰਮਾ ਨੂੰ ਮਿਸ ਮੋਹਾਲੀ ਪੰਜਾਬਣ ਦਾ ਅਵਾਰਡ ਮਿਲ ਚੁੱਕਿਆ ਅਤੇ ਸੁਨੰਦਾ ਸ਼ਰਮਾ ਜੀ ਤੋਂ ਜਿਵੇਂ ਕਿ ਵੀਡੀਓ ਵਿੱਚ ਸੁਣਨ ਨੂੰ ਮਿਲਿਆ ਸੀ ਕਿ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਸੀ ਜਦੋਂ ਬਚਪਨ ਦੇ ਵਿੱਚ ਇੱਕ ਵਾਰ ਉਹਨਾਂ ਨੇ ਸਕੂਲ ਦੇ ਵਿੱਚ ਸੱਸੀ ਫੁੰਨੂ ਗਾਣਾ ਗਾਇਆ ਸੀ ਇੱਕ ਫੰਕਸ਼ਨ ਦੇ ਵਿੱਚ, ਅਤੇ ਉੱਥੇ ਜਿਹੜੇ ਮੁੱਖ ਮਹਿਮਾਨ ਸਨ ਗੁਰਮੀਤ ਬਾਵਾ ਜੀ, ਜੋ ਕਿ ਪੰਜਾਬੀ ਦੇ ਬਹੁਤ ਹੀ ਜ਼ਿਆਦਾ ਵੱਡੀ ਸਿੰਗਰ ਸਨ, ਉਹਨਾਂ ਨੇ ਸੁਨੰਦਾ ਸ਼ਰਮਾ ਜੀ ਦੇ ਗਾਣੇ ਤੋਂ ਖੁਸ਼ ਹੋ ਕੇ ਉਹਨਾਂ ਨੂੰ 500 ਰੁਪਏ ਦਾ ਇਨਾਮ ਦਿੱਤਾ ਸੀ, ਅਤੇ ਸੁਨੰਦਾ ਸ਼ਰਮਾ ਜੀ ਲਈ ਇਹ ਸਭ ਤੋਂ ਵੱਡਾ ਇਨਾਮ ਸੀ। ਦੋਸਤੋ, ਅੱਜ ਲਈ ਸਿਰਫ ਇੰਨਾ ਹੀ। ਜੇਕਰ ਤੁਸੀਂ ਵੀ ਆਪਣੇ ਕਿਸੇ ਫੇਵਰੇਟ ਸਿੰਗਰ ਦੀ ਬਾਇਓਲੋਜੀ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਕਹੋ, ਲਾਈਕ ਕਰੋ, ਸ਼ੇਅਰ ਕਰੋ। ਥੈਂਕ ਯੂ, ਧੰਨਵਾਦ।